ਸ਼ੁਕਰ ਆ ਵਾਹਿਗੁਰੂ ਤੇਰਾ। ਲਿਆ ਕੁੜੇ ਚਾਹ ਦਾ ਘੁੱਟ ਤਾਂ ਦੇ, ਧੀਏ ਤੜਾ ਕੇ ਠੰਡੀ ਜਿਹੀ ਕਰ ਦੇ। ਆ ਲੋ ਮੁੰਡਾ ਡੰਗਰ ਚਾਰ ਲਿਆ। ਨਾ ਬੇਬੇ, ਉਹ ਕਹਿੰਦਾ ਸੀ ਮੈਨੂੰ ਤਾਂ ਸ਼ਹਿਰ ਕੰਮ ਮਿਲ ਗਿਆ, ਹੁਣ ਨਹੀਂ ਮੈਂ ਆ ਸਕਦਾ। ਫੇਰ ਕੀ ਬਣੂਗਾ ਭਾਈ? ਬਣਨਾ ਕੀ ਆ ਬੇਬੇ, ਮੱਝ ਲਈ ਪੱਠੇ ਤਾਂ ਲਿਆਉਣੇ ਹੀ ਪੈਣਗੇ, ਮੈਂ ਆਪ ਜਾ ਕੇ ਲਿਆਉਂ। ਹੈਂ ਨਾ, ਤੂੰ ਜਾਏਂਗੀ ਮੱਝ ਲਈ ਪੱਠੇ ਲੈਣ? ਲੈ ਹੋਰ, ਹੁਣ ਮੈਂ ਹੀ ਜਾਊਂਗੀ। ਨਾ ਧੀਏ, ਜਮਾਨੇ ਦੀ ਹਵਾ ਬੜੀ ਖਰਾਬ ਹੈ, ਨੂੰਹਾਂ ਧੀਆਂ ਦੀ ਰਾਖੀ ਕਣਕਾਂ ਵਰਗੀ ਹੁੰਦੀ ਹੈ, ਮੈਨੂੰ ਤਾਂ ਅੱਖਾਂ ਤੋਂ ਉਈਓ ਨਹੀਂ ਦਿਖਦਾ। ਤੇਰੀ ਤੇ ਘਰ ਦੀ ਰਾਖੀ ਕੌਣ ਕਰੂਗਾ? ਰਾਖੀ ਨੂੰ ਕੀ ਹੈ ਬੇਬੇ, ਪੱਠੇ ਹੀ ਤਾਂ ਲੈ ਕੇ ਆਉਣੇ ਨੇ, ਨਾਲੇ ਕੋਈ ਨਹੀਂ ਵੇਖਦਾ ਮੇਰੇ ਵੱਲ ਅੱਖ ਚੱਕ ਕੇ। ਹੋਰ ਵੀ ਗੁਰਦੇਵ ਸਿਆ, ਕੀ ਹਾਲ ਹੈ ਬਾਈ? ਉਹ ਆ ਜਾ ਬਾਈ ਛਿੰਦਿਆ, ਆ ਜਾ ਆ ਜਾ। ਕਿਵੇਂ ਹੈ? ਬਸ ਬਾਈ, ਪਾਣੀ ਲਾ ਕੇ ਆਏ ਖੇਤਾਂ ਨੂੰ, ਕਾਹਦੇ ਹਾਲ ਹੈ। ਚੰਗਾ ਹੋਇਆ ਤੂੰ ਆ ਗਿਆ ਬਾਈ, ਇੱਕ ਗੱਲ ਪੁੱਛਣੀ। ਪੁੱਛ ਬਾਈ ਪੁੱਛ, ਦੋ ਪੁੱਛ। ਉਹ ਬਾਈ, ਅੱਜ ਨੇ ਇੱਕ ਨਾਰ ਦੇਖੀ ਬੜੀ ਸੋਹਣੀ। ਕਿੱਥੇ ਬਾਈ? ਆਹੀ ਮਗਰਲੀ ਪੈਲੀ ਵੱਲ। ਉਧਰ ਕਿਹੜੀ ਕੁੜੀ ਹੈਗੀ ਬਾਈ? ਮੈਂ ਤਾਂ ਬਾਈ ਆ ਪਹਿਲੀ ਵਾਰ ਦੇਖਿਆ ਪਿੰਡ 'ਚ। ਉਹ ਬਾਈ, ਕਿਤੇ ਫੌਜਣ ਦੇ ਦਰਸ਼ਨ ਤਾਂ ਨਹੀਂ ਹੋ ਗਏ ਤੈਨੂੰ? ਫੌਜਣ? ਆਹੋ ਬਾਈ ਫੌਜਣ, ਆਪਣੇ ਮੰਗਲ ਦੇ ਘਰ ਵਾਲੀ ਯਾਰ। ਮੰਗਲ ਦੇ ਘਰ ਵਾਲੀ ਬਾਈ? ਰੰਤਾ ਸਿਰੇ ਦੀ ਹੈ ਉਹ, ਪਰ ਨਾ ਉਹਦੇ ਮਾਂ ਪਿਓ ਨੇ ਉਹਦਾ ਵਿਆਹ ਫੌਜੀ ਨਾਲ ਕਰਕੇ ਵਿਚਾਰੀ ਦੀ ਜ਼ਿੰਦਗੀ ਰੋਲਤੀ ਹੈ। ਹਲੇ 10 ਦਿਨ ਹੋਏ ਸੀ ਵਿਆਹ ਹੋਏ ਨੂੰ, ਇਹਨੂੰ ਫੌਜੀ ਨੂੰ ਬੁਲਾਵਾ ਗਿਆ ਫੌਜ ਤੋਂ, ਫੌਜੀ ਫੌਜ ਕਨੀ ਤੁਰ ਪਿਆ, ਅਤੇ ਉਦੋਂ ਬਾਅਦ 1.5 ਸਾਲ ਹੋ ਚੱਲਿਆ, ਉਹ ਹਜੇ ਨਹੀਂ ਬੋੜਿਆ। ਇੱਧਰ ਵਿਚਾਰੀ ਇਹ ਤੜਫਦੀ ਰਹਿੰਦੀ ਹੈ, ਘਰ ਇੱਕ ਬੁੱਢੜੀ ਜੀ ਹੈ, ਉਹਨੂੰ ਦੀਂਦਾ ਨਹੀਂ ਭਾਲਦਾ ਨਹੀਂ, ਉਹਨੂੰ ਬੁਰਾ ਹਾਲ ਹੈ ਵਿਚਾਰੀ ਦਾ। ਉਹ ਇਹਦੇ ਨਾਲ ਤਾਂ ਕਿਸੇ ਚੰਗੇ ਦੇ ਲੜ ਲਾ ਦਿੰਦੇ, ਐਵੇਂ ਜ਼ਿੰਦਗੀ ਰੋਲਦੀ ਹੈ ਵਿਚਾਰੀ ਦੀ। ਵਾਹ ਵੇ ਰੱਬਾ, ਜਵਾਨੀ ਦਾ ਮੁੱਲ ਹੀ ਨਹੀਂ ਪਾਇਆ। ਜਾ ਬਈ ਚਿੰਨਿਆ ਕਬੂਤਰਾ, ਉਹ ਜਾਂਦੀ ਤੇਰੀ ਕਬੂਤਰੀ। ਐਡੀ ਕੁਲੀ ਨਾਰ ਤੇ ਐਡਾ ਵੱਡਾ ਭਾਰ, ਵੇਖੀ ਕਿਤੇ ਲੱਕ ਨੂੰ ਮਰੋੜਾ ਹੀ ਨਾ ਪੈ ਜਾ। ਉਹ ਜੀ ਸਾਂਭ ਕੇ ਗੱਲ ਸੁਣ, ਆਪਣਾ ਨਾਂ ਤੇ ਦੱਸ ਜਾ। ਨਾਂ ਕੀ ਹੈ? ਨਾਂ ਦੱਸ, ਨਾਂ ਅੱਜ ਨਾਂ ਦੱਸਣਾ ਪੈਣਾ। ਅੱਛਾ, ਹਾਂਜੀ ਮੈਨੂੰ ਲੱਭਦੇ ਸੀ,
ਤੁਸੀਂ ਵੀ ਕਹਿੰਦੇ ਹੋਣੇ ਖਸਮਾਂ ਨੂੰ ਖਾਣਾ ਅੱਜ ਆਇਆ ਹੀ ਨਹੀਂ, ਪਰ ਅਸੀਂ ਤੁਹਾਡੇ ਤੋਂ ਇੰਤਜ਼ਾਰ ਨਹੀਂ ਕਰਵਾਉਣਾ। ਆਲੋ ਜੀ, ਨਾਲੇ ਗੱਲ ਹੋਰ, ਅੱਜ ਮੈਂ ਤੁਹਾਡਾ ਨਾਂ ਨਹੀਂ ਪੁੱਛਣਾ, ਹੁਣ ਐਵੇਂ ਨਾ ਖੇਤਾਂ 'ਚ ਭੱਜ ਕੇ ਜਾਇਓ, ਕਿਤੇ ਸਾਡੀ ਜਾਨ ਨੂੰ ਕੋਈ ਕਾਜੀ ਪਏ। ਉਹ ਗੱਲ ਗੱਲ ਸੁਣ, ਬਸੰਤ ਨਾ ਹੈ ਮੇਰਾ, ਬਸੰਤ ਬਸੰਤ। ਬਾਈ ਘਰੇ ਹੋ? ਉਹ ਹੈਗਾ ਕੋਈ? ਹਾਂਜੀ ਚਾਚਾ ਜੀ, ਘਰੇ ਹੀ ਆ। ਉਹ ਲੈ ਕੁੜੇ, ਮਨੀ ਆਰਡਰ ਤੁਹਾਡਾ, ਚਾਹ ਪੀ ਕੇ ਚਲ ਜਾ ਚਾਚਾ ਜੀ। ਉਹ ਨਹੀਂ, ਦਿਆਲੇ ਕੇ ਜਾਣਾ, ਜ਼ਰੂਰੀ ਕੰਮ ਆ ਬਾਈ। ਕੌਣ ਸੀ ਧੀਏ? ਬੇਬੇ ਬੰਤਾ ਚਾਚਾ ਸੀ, ਉਹਨਾਂ ਨੇ ਪੈਸੇ ਭੇਜੇ ਆ, ਉਹ ਫੜਾ ਕੇ ਗਿਆ। ਚੰਗਾ ਧੀਏ, ਲੈ ਕੁਝ ਖੰਡ ਚੀਨੀ ਲਿਆਈ ਤੇ ਕੁਛ ਆਪਣੇ ਆਪ ਲਈ ਲੀੜੇ ਸਵਾ ਲਈ। ਤੇ ਬਾਕੀ ਪੈਸਿਆਂ ਦਾ ਕੀ ਕਰਾਂ? ਬਾਕੀ ਪੈਸਿਆਂ ਦਾ ਕੀ ਕਰਾਂ, ਪੈਸੇ ਤਾਂ ਲੱਛਮੀ ਹੁੰਦੀ ਆ, ਜਾ ਸਾਂਭ ਲੈ। ਠੀਕ ਆ ਬੇਬੇ। ਆ ਨੀ ਕੁੜੇ, ਕੁੜੇ ਪੱਠਿਆਂ ਨੂੰ ਚੱਲੀਆਂ ਕਿ ਤੀਆਂ ਨੂੰ? ਬੜਾ ਸੋਹਣਾ ਸੂਟ ਸਵਾਇਆ। ਬਸ ਕਾਹਦੀਆਂ ਤੀਆਂ ਚਾਚੀ, ਪੁਰਾਣਾ ਪਿਆ ਸੀ, ਕੱਢ ਕੇ ਸਵਾ ਲਿਆ। ਕੀ ਤੋਂ ਸਵਾਇਆ? ਦਿਆਲੇ ਦੀ ਬਹੂ ਤੋਂ ਸਵਾਇਆ ਚਾਚੀ। ਕਿੰਨੇ ਪੈਸੇ ਦਿੱਤੇ? 20 ਰੁਪਏ ਲੈਂਦੀ ਆ ਚਾਚੀ। ਚੰਗਾ ਚਾਚੀ, ਮੈਂ ਚੱਲਦੀ ਆ, ਨਹੀਂ ਤਾਂ ਦੇਰ ਹੋ। ਚੰਗਾ ਕੁੜੇ, ਖੋਰੇ ਜਮਾਨੇ ਨੂੰ ਕੀ ਹੁੰਦਾ ਜਾਂਦਾ ਦਿਨੋ ਦਿਨ। ਖਸਮ ਇਹਦਾ ਘਰੇ ਨੀ, ਇਹਨੇ ਪਤਾ ਨੀ ਕਿਹਨੂੰ ਦਿਖਾਉਣੇ ਆ ਹਾਰ ਸ਼ਿੰਗਾਰ ਕਰ ਕਰ। ਚਲੋ ਭਾਈ, ਸਾਨੂੰ ਕੀ। ਹਾਏ ਨੀ ਮੁਟਿਆਰੇ, ਜਾਨ ਹੀ ਕੱਢ ਲੈ। ਬਸੰਤ, ਸੂਟ ਫੱਬ ਰਿਹਾ ਤੇਰੇ। ਤੇਰੀ ਅੱਖ ਮਸਤਾਨੀ ਹਾਏ, ਤੇਰੀ ਅੱਖ ਮਸਤਾਨੀ ਤੇਰੇ ਜਿਹਾ ਹੈ, ਤੇਰੀ ਹੋਂਦ ਰੂਹਾਨੀ। ਗਧੀ ਕਿਹਦੇ ਕੋਲ ਹੈ? ਗਧੀ ਗਧੇ ਕੋਲੇ ਹੋਣੀ ਹੈ। ਚਲੋ ਤੂੰ ਕੱਟ ਲਾ ਕੇ ਦਿਆ ਕਰ, ਪੱਤੇ ਤੈਨੂੰ ਦੱਸ ਦਵਾਂ ਮੈਂ। ਲੈ ਮੇਰਾ ਭਾਦਾ ਹੈ। ਉਹ ਮਾੜੂ ਕਿੱਧਰ ਦੇਖੀ ਜਾਂਦਾ ਵੀਰ? ਉਹ ਲਾਂਗੀ ਦੇ ਲੈ ਦਾਤੀ ਚੱਕਰ, ਗੁਰਦੇਵ ਵੀ ਗਿਆ ਪਿੱਛੇ ਪਿੱਛੇ। ਜਿਹੜੀ ਲਾਂਗੀ ਭਾਈ, ਵੈਸੇ ਤਾਇਆ ਤੀਵੀਂ ਬੜੀ ਗੱਟਰ ਹੈ, ਜੇ ਕਿਤੇ ਮੰਗਲ ਦੀ ਜਗ੍ਹਾ ਮੈਂ ਹੁੰਦਾ ਨਾ, ਮੈਂ ਨਾ ਜਾਂਦਾ ਫੌਜ ਚ ਇਹਨੂੰ ਛੱਡ ਕੇ। ਗੱਲ ਸੁਣੋ ਤੁਸੀਂ ਦੋਵੇਂ,
ਤੇਰੇ ਕੋਲ ਤਾਂ ਜ਼ਮੀਨ ਹੈ, ਉਹਦੇ ਕੋਲ ਹੈਗੀ 4 ਵੀਘੇ, ਜੇ ਉਹ ਫੌਚਣਾ ਜਾਂਦਾ ਹੋਰ ਕੀ ਕਰਨਾ ਸੀ ਉਹਨੇ? ਉਹ ਚੱਲ ਫੌਚ ਜਾ ਕੇ ਘਰ ਦਾ ਕੰਮ ਤਾਂ ਲੋਟ ਕਰ ਲਿਆ। ਅਰੇ ਯਾਰ ਸੜੀ, ਜਨਾਨੀ ਹੱਥ ਤੇ ਨਿਕਲ ਗਈ, ਮੰਨਦਾ ਨੀ ਭਾਈ? ਇੱਕ ਗੱਲ ਹੋਰ ਹੈ, ਫੌਜੀ ਫੌਚ ਤੇ ਗੁਰਦੇਵ ਮੌਚ। ਯਾਰ ਤੁਸੀਂ ਦੋਵੇਂ ਮੇਰੀ ਗੱਲ ਸੁਣੋ, ਠੀਕ ਹੈ? ਆਪਣੇ ਪੱਤੇ ਖੇਲੋ, ਕਿਸੇ ਧੀ ਭੈਣ ਨੂੰ ਅਸੀਂ ਮਾੜਾ ਕਹਿ ਕੇ ਕੀ ਕਰਨਾ ਹੈ? ਕਿਉਂ ਵੀ ਤਾਇਆ? ਆਹੋ, ਆਪਾਂ ਕਿਉਂ ਮਾੜਾ ਬੋਲਣਾ ਕਿਸੇ ਨੂੰ? ਫੇਰ ਦਿੰਦੇ ਪੱਤਾ, ਜ਼ਿਆਦਾ ਹਮਾਇਤੀ ਬਣੀ ਫਿਰਦਾ ਉਹਦਾ। ਹਮਾਇਤੀ ਨੂੰ ਛੱਡੋ ਤੂੰ ਮਾੜੂ, ਨਾਲੇ ਆ ਚੱਲ। ਚੁਪਾਵਾਂ ਕਿਵੇਂ ਕਜਲਾਵੇ, ਅੱਜ ਤਾਂ ਖੰਗੂਰੇ ਦੀ ਜਗ੍ਹਾ ਉਹਦਾ ਹੌਂਕਾ ਹੀ ਨਿਕਲ ਜਾਣਾ। ਦੇਖ ਭੈਣੇ, ਗੱਲ ਤਾਂ ਸਾਰੇ ਪਿੰਡ ਵਿੱਚ ਹੀ ਉੱਡੀ ਪਈ ਆ, ਮੈਂ ਹੀ ਡਰਦੀ ਨੇ ਤੇਰੇ ਕੋਲੇ ਗੱਲ ਨਹੀਂ ਕੀਤੀ, ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਦੇਖੀ ਕਿਤੇ ਦੇਰ ਨਾ ਹੋ ਜਾਵੇ। ਲੈ ਆ ਗਈ, ਕਰ ਲਈ ਤੂੰ ਆਪੇ ਗੱਲ? ਕੋਈ ਨਾ, ਕਰਦੀ ਆ ਗੱਲ। ਚੱਲ ਭੈਣੇ, ਮੈਂ ਚੱਲਦੀ ਆ। ਚੱਲ ਚੰਗਾ, ਚੱਲ ਵੇ ਟੀਟੂ। ਆ ਗਈ ਕੁੜੇ? ਹਾਂ ਬੇਬੇ, ਆ ਗਈ। ਨਾ ਅੱਜ ਬੜਾ ਟਾਈਮ ਲਾਇਆ ਈ ਕੁੜੇ, ਮੈਨੂੰ ਲੱਗਦਾ ਤੈਨੂੰ ਤਾਂ ਸੁਣਨੋ ਹੀ ਹਟ ਗਿਆ। ਸੁਣਦਾ ਬੇਬੇ ਸੁਣਦਾ, ਅੱਜ ਤਾਂ ਸਾਈ ਚੜ ਗਿਆ, ਪੰਡ ਬਹੁਤ ਭਾਰੀ ਸੀ। ਦੇਖਦੀ ਏ, ਮੈਨੂੰ ਤੇਰੀ ਪੰਡ ਹੌਲੀ ਭਾਰੀ ਨਾਲ ਕੋਈ ਮਤਲਬ ਨਹੀਂ। ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੈ, ਕਿਸੇ ਦੇ ਝਾਂਸੇ ਚ ਆ ਕੇ ਆਪਣੇ ਘਰ ਨੂੰ ਲਾਜ ਨਾ ਲਾ ਦੇਈ। ਬੇਬੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ? ਨਾ ਨਾ, ਭਰੋਸਾ ਤਾਂ ਹੈ ਮੈਨੂੰ ਤੇਰੇ ਤੇ, ਪਰ ਪੁੱਤ ਆਪਣੇ ਪਿੰਡ ਦਾ ਰਵੱਈਆ ਕੁਛ ਚੰਗਾ ਨਹੀਂ ਹੈਗਾ। ਨਾਲੇ ਫਿਰ ਉਹ ਜਗੀਰਦਾਰਾਂ ਦਾ ਮੁੰਡਾ। ਬੇਬੇ ਜਗੀਰਦਾਰਾਂ ਦਾ ਮੁੰਡਾ? ਬੇਬੇ ਤੁਹਾਨੂੰ ਮੇਰੇ ਫਿਕਰ ਕਰਨ ਦੀ ਕੋਈ ਲੋੜ ਨਹੀਂ, ਮੈਂ ਆਪਣਾ ਖਿਆਲ ਆਪ ਰੱਖ ਲਾਂਗੀ। ਰੱਖ ਲੂਗੀ ਖਿਆਲ ਇਹ। ਨਿੱਕਾ ਜਿਹਾ ਘਰ ਸਾਂਭਲੋਗੇ ਕਿ ਨਹੀਂ? ਹਾਂਜੀ। ਔਰ ਦੋ ਟਾਈਮ ਦੀ ਰੋਟੀ ਦੇ ਸਕਦਾ? ਮੈਂ ਸਾਰ ਲਾਂਗੀ। ਹੇ ਵਾਹਿਗੁਰੂ, ਮੈਨੂੰ ਇਸ ਘੁੰਮਣ ਘੇਰੀ ਵਿੱਚੋਂ ਕੱਢੋ। ਉਹ ਮੁੰਡਾ ਜੋ ਕੁਝ ਵੀ ਕਰ ਰਿਹਾ ਮੈਨੂੰ ਚੰਗਾ ਲੱਗਦਾ, ਪਰ ਮੈਂ ਭੁੱਲ ਗਈ ਸੀ ਕਿ ਮੈਂ ਪਹਿਲਾਂ ਹੀ ਕਿਸੇ ਹੋਰ ਦੀ। ਹੇ ਰੱਬਾ, ਮੈਂ ਹੁਣ ਉਸਨੂੰ ਨਹੀਂ ਮਿਲਣਾ ਚਾਹੁੰਦੀ, ਉਸਨੂੰ ਮੱਤ ਦਿਓ ਕਿ ਮੇਰੇ ਪਿੱਛੋਂ ਆਉਣਾ ਹਟ ਜਾਵੇ। ਮੈਂ ਤੁਹਾਡੇ 5.25 ਰੁਪਏ ਦੇ ਪਤਾਸੇ ਸੁੱਖਦੀ। ਬਸੰਤ,
ਸਨ। ਮੈਂ ਇੰਨੇ ਦਿਨ ਤੈਨੂੰ ਲੱਭਦਾ ਰਿਹਾ, ਖੇਤਾਂ 'ਚ ਵੀ ਨਹੀਂ ਦਿਖੀ, ਕਿੱਥੇ ਸੀ? ਕਿੱਥੇ ਸੀ ਬਸੰਤ? ਇੰਨੇ ਦਿਨ ਕਿੱਥੇ ਸੀ? ਪੇਕਿਆਂ ਦੇ ਗਈ ਸੀ? ਮੇਰੀ ਗੱਲ ਦਾ ਜਵਾਬ ਤਾਂ ਦੇ, ਮੇਰੇ ਵੱਲ ਅੱਖ ਚੱਕ ਕੇ ਤਾਂ ਦੇਖ ਬਸੰਤ। ਬਹੁਤ ਬੁਰਾ ਲੱਗਿਆ ਬਾਈ, ਬਾਈ ਅੱਗੇ ਪਿੱਛੇ ਹੱਸ ਕੇ ਬੋਲਦੀ ਆ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀ ਆ। ਬਾਈ ਅੱਜ ਨਾ ਬਸ ਇਹ ਪੁੱਛਿਆ, ਇੰਨੇ ਦਿਨ ਕਿੱਥੇ ਸੀ? ਅੱਗੇ ਕਹਿੰਦੀ ਸਾਡੇ ਖੇਤੋਂ ਦਫਾ ਹੋ ਜਾ, ਸਾਰਾ ਪਿੰਡ ਇਕੱਠਾ ਕਰ ਲੂੰ। ਬਾਈ ਧਰਮ ਨਾਲ ਬਾਈ ਬਹੁਤ ਬੁਰਾ ਲੱਗਿਆ ਬਾਈ। ਬਾਈ ਇੱਕ ਗੱਲ ਦੱਸਾਂ, ਬਾਈ ਮੈਂ ਨਾ ਉਹਨੂੰ ਪਿਆਰ ਕਰਨ ਲੱਗ ਗਿਆ ਬਾਈ। ਉਹ ਬਾਈ ਜੀਆਂ, ਉਹ ਪਿਆਰ ਤਾਂ ਤੂੰ ਉਹਨੂੰ ਕਰਦੇ ਹੀ ਕਰਦੇ ਹੈਂ? ਉਹ ਫੇਰ ਕੀ ਹੋ ਗਿਆ ਜੀ, ਉਹਨੇ ਤੈਨੂੰ ਝਿੜਕ ਦਿੱਤਾ, ਤੂੰ ਤਾਂ ਉਹੀ ਢੇਰੀ ਢਾ ਕੇ ਬਹਿ ਗਿਆ। ਉਹ ਪੈਗ ਖਿੱਚ, ਉਹ ਕਦੇ ਕਦੇ ਦੁੱਧ ਦੇਣ ਵਾਲੀਆਂ ਗਾਂ ਦੀਆਂ ਵੀ ਛੜਾਂ ਖਾਣੀਆਂ ਪੈਂਦੀਆਂ, ਇਹ ਤਾਂ ਫੇਰ ਸੁਨੱਖੀ ਰਹਿੰਦਾ ਬਾਈ। ਤੂੰ ਉਹਦੇ ਢੇਰੀ ਢਾ ਕੇ ਬਹਿ ਗਿਆ, ਪੈਗ ਖਿੱਚ, ਪੈਗ ਖਿੱਚ, ਪੈ ਖਿੱਚ। ਪਰ ਬਾਈ ਇੱਕ ਗੱਲ ਨਹੀਂ ਸਮਝ ਆਈ। ਕਿਹੜੀ? ਕਿ ਉਹਨੇ ਮੈਨੂੰ ਐ ਕਿਉਂ ਬੋਲਿਆ? ਉਹ ਫੇਰ ਕੀ ਹੋ ਗਿਆ? ਉਹ ਫੇਰ ਕੀ ਹੋ ਗਿਆ ਬਾਈ, ਜੇ ਤੈਨੂੰ ਉਹਨੇ ਕਹਿ ਦਿੱਤਾ ਹੈ? ਉਹ ਇੱਕ ਕੰਮ ਕਰ, ਤੂੰ ਤੜਕੇ ਜਮਾਂ ਟਿੱਚ ਹੋ ਕੇ ਜਾਈ, ਐ ਵਧੀਆ ਕੁੜਤਾ ਪਜਾਮਾ ਪਾ ਕੇ, ਐ ਤਿਆਰ ਸ਼ਿਆਰ ਹੋ ਕੇ ਫੇਰ ਜਾਈ ਤੂੰ ਉੱਥੇ। ਉਹ ਜਾਣ ਸਾਰ ਤੈਨੂੰ ਜੱਫੀ ਪਾ ਲੂ, ਜੱਫੀ ਹੈਂ? ਉਹਨੂੰ ਖਿੱਚ ਦੇ, ਉਹਦੇ ਨਾਮ ਤੋਂ ਖਿੱਚ ਦੇ ਹੁਣ। ਬਾਈ ਐਂ ਹੋ ਸਕਦਾ? ਕਿਉਂ ਨਹੀਂ ਹੋ ਸਕਦਾ ਯਾਰ, ਮੈਂ ਕਹੀ ਨਾ ਹੋ ਜਾਏਗਾ, ਪੈ ਖਿੱਚ। ਬਈ ਫੌਜੀਆ, ਲੰਘਿਓ ਲੰਘਿਓ। ਕਦੋਂ ਆਇਆ ਤੂੰ? ਬਸ ਬਾਈ ਅੱਜ ਤੜਕੇ ਹੀ ਆਇਆ। ਹੋਰ ਕਿਵੇਂ ਕਿਵੇਂ ਚੱਲਦੀ ਆ ਫੌਜ ਤੇਰੀ? ਬਸ ਬਾਈ ਚੱਲੀ ਜਾਂਦਾ। ਹੋਰ ਸੁਣਾਓ ਅੱਜ ਇੱਧਰ ਕਿੱਦਾਂ? ਬਸ ਮੈਂ ਵੀ ਐਵੇਂ ਤੁਰਦਾ ਫਿਰਦਾ ਆ ਗਿਆ। ਚੰਗਾ ਕੀਤਾ ਬਾਈ, ਲੰਬੀ ਛੁੱਟੀ ਆਇਆ ਲੱਗਦਾ।
ਫੌਜੀਆਂ ਨੂੰ ਕਹਦੀ ਲੰਬੀ ਛੁੱਟੀ ਬਾਈ। ਗੱਲ ਦੱਸ, ਤੇਰੇ ਮਗਰੋਂ ਪੱਠੇ ਕੌਣ ਲੈ ਕੇ ਜਾਂਦਾ ਸੀ? ਬਸੰਤ ਕੌਰ ਹੀ ਲੈ ਜਾਂਦੀ ਸੀ ਬਾਈ, ਹੋਰ ਕਿੰਨੇ ਲੈ ਜਾਣੇ? ਦੇਖੀ ਇੱਕ ਦੋ ਵਾਰੀ ਮੈਂ, ਹੁਣ ਕੋਈ ਕਾਮਾ ਕੁਮਾ ਲਾ ਦੇ ਬਾਈ, ਐਡੀ ਪਹੁੰਚ ਹੁੰਦੀ ਤਾਂ ਫੌਜ ਕਿਉਂ ਜਾਂਦਾ? ਨਾਲੇ ਬਸੰਤ ਦਾ ਕੀ ਘੱਸ ਗਿਆ ਪੱਠੇ ਲੈ ਜਾਣ ਨਾਲ? ਘੱਸਣਾ ਵੀ ਕੁਝ ਗਿਆ ਸਰਦਾਰ? ਨਹੀਂ ਕੁਝ ਨਹੀਂ, ਮੈਂ ਕਿਹਾ ਉਹ ਖੇਤਾਂ ਵੱਲ ਜਿਹੜਾ ਗੇੜਾ ਮਾਰੇ ਆਈਏ, ਕੰਮ ਕਰੀ, ਘਰੇ ਆ ਜੀ ਸ਼ਾਮੀ, ਕਰਦੀ ਕੱਢੀ ਬੁਲਾਉ ਤੈਨੂੰ, ਠੀਕ ਹੈ? ਚੰਗਾ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਿੱਛੇ ਕਦੀ ਬੋਲਿਆ ਨਹੀਂ ਤੇ ਅੱਜ ਦਾਰੂ। ਵੇ ਪੁੱਤ, ਫੌਜ ਚ ਹੋਰ ਕਿੰਨਾ ਕੁ ਚਿਰ ਲੱਗੂ? ਬੇਬੇ ਹੁਣੇ ਕੁਝ ਨਹੀਂ ਪਤਾ, ਕੁਝ ਸਾਲਾਂ ਤੱਕ ਪੈਨਸ਼ਨ ਲੱਗ ਜਾਣੀ, ਫਿਰ ਵੇਖਦੇ ਹਾਂ ਕਰਨਾ ਕੀ ਹੈ। ਵੇ ਪੈਨਸ਼ਨ ਤਾਂ ਤੇਰੀ ਬੁੱਢੇ ਹੋਏ ਦੀ ਲੱਗੂ, ਉਦੋਂ ਤੱਕ ਖੌਰੇ ਮੈਂ ਰਹਿਣਾ ਕਿ ਨਹੀਂ? ਬੇਬੇ ਤੂੰ ਨਹੀਂ ਮਰਦੀ ਕਿਤੇ 100 ਸਾਲ, ਐ ਨਾ ਬੋਲੀ ਜਿਆ ਕਰ। ਬਸੰਤ ਇੱਕ ਫੁਲਕਾ ਦੇਈ। ਦੇਨੀ ਆ, ਆ ਲੋ ਜੀ। ਸ਼ਾਬਾਸ਼। ਜੇ ਪੁੱਤ ਤੂੰ ਬਸੰਤ ਨੂੰ ਨਾਲ ਹੀ ਲੈ ਜਾਵੇਂ। ਬੇਬੇ ਜੇ ਬਸੰਤ ਨੂੰ ਮੈਂ ਆਪਣੇ ਨਾਲ ਲੈ ਗਿਆ ਤਾਂ ਫਿਰ ਤੇਰੀ ਸੇਵਾ ਕੌਣ ਕਰੂ ਦੱਸ? ਹਾਂ ਇੱਕ ਗੱਲ ਕਹਾਂ ਪੁੱਤ ਤੈਨੂੰ। ਹਾਂ ਬੇਬੇ। ਜੇ ਆਪਾਂ ਆਹ ਮਾਝੀ ਵੇਚ ਦਈਏ। ਮੱਝ ਵੇਚ ਦੀਏ? ਬੇਬੇ ਗੱਲ ਤਾਂ ਤੇਰੀ ਬਿਲਕੁਲ ਠੀਕ ਆ, ਮੱਝ ਵੇਚਣ ਨਾਲ ਸ਼ਾਹੂਕਾਰ ਦੇ ਪੈਸੇ ਵੀ ਉੱਤਰ ਜਾਣਗੇ, ਫਿਰ ਬਸੰਤ ਵੀ ਘਰੇ ਰਹਿ ਕੇ ਚੰਗੀ ਤਰ੍ਹਾਂ ਤੇਰੀ ਸੇਵਾ ਕਰ ਸਕਦੀ ਹੈ, ਹੈ ਨੀ? ਹੋਰ ਇਹ ਵੀ ਡੰਗਰਾਂ ਨਾਲ ਡੰਗਰ ਹੋਈ ਫਿਰਦੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰੇ ਰੱਬਾ। ਸੁਣੋ। ਸੁਣੋ ਜੀ। ਹਾਂ ਬੋਲ। ਫੌਜ ਤੁਹਾਨੂੰ ਮੇਰੀ ਯਾਦ ਨਹੀਂ ਆਉਂਦੀ? ਯਾਦ ਤਾਂ ਤੇਰੀ ਬਹੁਤ ਆਉਂਦੀ ਹੈ ਬਸੰਤ ਕੋਲੇ। ਫਿਰ ਨੌਕਰੀ ਤੁਸੀਂ ਛੱਡ ਕਿਉਂ ਨਹੀਂ ਦਿੰਦੇ? ਅੱਛਾ ਮੇਰਾ ਵੀ ਹੁਣ ਇੱਥੇ ਇਕੱਲੀ ਦਾ ਦਿਨ ਨਹੀਂ ਲੱਗ। ਨੌਕਰੀ ਛੱਡ ਕੇ ਮੈਂ ਕਰੂੰ ਕੀ ਦੱਸ? ਤੁਸੀਂ ਖੇਤੀ ਕਰਿਓ ਨਾ, ਹੋਰ ਕੀ ਕਰਨਾ? ਨਾ 1500 ਦੇ ਬਲਦ ਵੀ ਤੇ ਲੈਣੇ ਪੈਣੇ ਫਿਰ। ਬਲਦ? ਹਾਂ ਬਲਦ, ਹੋਰ ਕੀ। ਸੋ ਜਾ ਹੁਣ, ਸੋ ਜਾ। ਆ ਜਿਹੜਾ ਮੇਰਾ ਟੂਮ ਛੱਲਾ ਨਾ ਉਹ ਵੇਚ ਦੇਣ। ਦਿਮਾਗ ਠੀਕ ਹੈ ਤੇਰਾ? ਕਿਉਂ, ਦਿਮਾਗ ਨੂੰ ਕੀ ਹੋਇਆ? ਚੱਲ ਪਕਾਈ ਨਾ ਮਾਰ, ਸੋ ਜਾ, ਨਾਲੇ ਕੋਈ ਖੇਤੀ ਖੁਤੀ ਨਹੀਂ ਕਰਨੀ ਆਪਾਂ। ਸਾਲਾ ਕਿਹੜਾ ਡੰਗਰਾਂ 'ਚ ਡੰਗਰ ਹੋਇਆ ਫਿਰ ਉਹ, ਨਾਲੇ ਤੜਕੇ ਜੱਗਾ ਆ ਰਿਹਾ, ਇਸ ਮੱਝ ਦਾ ਵੀ ਫਾਰਮ ਕਰ ਦੇਣਾ ਕੱਲ੍ਹ ਮੈਂ। ਸੋ ਜਾ ਹੁਣ, ਦੀਵਾ ਬੁਝੋ ਦੀ। ਗੁਰਦੀਪ ਸਿੰਘ।
ओ भाई फौजी आ गया, उन्हें मझ बेचती थे बसंत नू लै चलिया। भाई बसंत चलिए, बसंत जाके रोक ला उन्हूं। ओ भाई सुनदा तेनू, फौजी आ गया उन्हें मझ बेचती थे बसंत नू लै चलिया। चल भाई आप सारे पिंड नू जाके दसदे हैं। ओ भाई नहीं सुनता, नहीं सुनना चाहता मैं। की कर लेगा तू, की कर सकता है मैं, की कर लांगे आपा? हां भाई आपा की नहीं कर सकते, आपा सब कुछ कर सकते हैं। आपा पिंड च रौला पाउने हैं ते नाले भाई सारे पिंड भी तो पता लगे कि बसंत प्यार की नू करती है। चल भाई चल जाके आपा गल होछियां गल्ला ना कर। गलती तो मेरी सी, क्यों नू ओनू इन्ना प्यार करन लग गया। मैं चान दी चाननी दी रीझ ला बैठा सी, पर ए भुल गया सी कि चाननी तो चन दी हुई है। ओए कंबला ना बन, ओनू जान दियो जिथे जाना चाहती है। जे पिंड च किसी नू बाहर पता लग गया ना तो मेरे तो बुरा कोई नहीं होएगा, समझा? जा चला जा इत्थों। कदे मेरी कोई हसरत पूरी हो ही नहीं सकी। छोटे होंदे जदों मैं दूजे बच्चों नूं सोहणे सोहणे खिडौणियां नाल खेडदा वेखदी, मेरी भी रीझ हुंदी उह सब कुछ लैण दी। पर मैं अपने परछावें नाल ही खेड के अपना चित परचा लैंदी। मेरी अखां विच अज भी पानी भर आ जांदा जदों किसी बंदे नूं पैसे दी खातर घर तों दूर जांदा वेखदी। मैं सोचदी हाँ कि जदों बंदा अपनी अखां विच मुस्कुराउंदा चानण लेके परतेगा तां फिर रुत्त जा चुकी होवेगी, ते ओह रुत्त है जो फिर कदे नहीं आएगी। कोल बह के सुनानी हाय, कोल बह के सुनानी हर एक सफा तेरे नाम है। तेरी मेरी जो कहानी है, तेरी मेरी जो कहानी।